दसूआ के पिंड रागोवाल के पंचायत मैंबर अंग्रेज सिंह के कतल की गुत्थी दसूआ पुलिस ने सुलझाउण विच सफलता हासिल की है। इस संबंधी जानकारी दिंदिया डीएसपी अनिल पनौर ने दसिया कि बीते दिन दसूआ के पिंड रागोवाल के पंचायत मैंबर का अणपछाते व्यक्तियों वालों तेज हथियारों नाल कतल कर दिता गया सी। केस की तफतीश करते हुए थाना मुखी गुरदेव सिंह ने केस की गुत्थी सुलझाते हुए जसपाल सिंह उर्फ जस्सी और वरिंदर सिंह उर्फ बिंदू वासी रायचक नूं गिरफ्तार किया है। उन्होंने दसिया कि गिरफ्तार किए गए व्यक्तियों ने यह मनिया है कि उन्हों की मृतक अंग्रेज सिंह नाल पुरानी रंजिश सी, जिस कारण उन्होंने यह कतल किया। ਇਕ ਨੂੰ ਅੰਗਰੇਜ਼ ਸਿੰਘ ਗੱਜੂ ਦਾ ਮਰਡਰ ਹੋਇਆ ਸੀ ਜਦੋਂ ਇਹ ਆਪਣੇ ਪਿੰਡ ਤੋਂ ਆਰੇ ਨੂੰ ਜਾ ਰਿਹਾ ਸੀ ਅਤੇ ਸਾਡੇ ਲਾਗੇ ਆਪਣੀ ਕਾਰ ਦੇ ਵਿੱਚ ਸੀਗਾ ਆਲਟੋ ਗੱਡੀ ਦੇ ਵਿੱਚ ਅਤੇ 7:45 ਸ਼ਾਮ ਨੂੰ ਕੁਛ ਅਣਪਛਾਤੇ ਵਿਅਕਤੀਆਂ ਨੇ ਇਹਨੂੰ ਕਾਰ ਦੇ ਵਿੱਚ ਸੱਟਾਂ ਮਾਰੀਆਂ ਸੀ ਤੇਜ਼ ਧਾਰ ਹਥਿਆਰਾਂ ਨਾਲ ਅਤੇ ਜਿਹਦੀ ਉੱਥੇ ਹਸਪਤਾਲ ਜਾਂਦੇ ਸਮੇਂ ਦੀ ਮੌਤ ਹੋ ਗਈ ਸੀ। ਇਹਦੇ ਭਰਾ ਦੇ ਬਿਆਨ 'ਤੇ ਐੱਫ ਆਈ ਆਰ ਦਰਜ ਹੋਈ ਸੀ 175 ਨੰਬਰ 9 ਤਰੀਕ ਨੂੰ, ਇਸੇ ਮਹੀਨੇ ਦੀ 9 ਤਰੀਕ ਨੂੰ 302, ਅਤੇ ਉਹਦੇ ਵਿੱਚ ਪੁਲਿਸ ਨੇ ਵੱਖ ਵੱਖ ਥਿਊਰੀਆਂ 'ਤੇ ਕੰਮ ਕੀਤਾ। ਜੋ ਉਹਦੇ ਵਿੱਚ ਬਾਅਦ 'ਚ ਸਾਹਮਣੇ ਆਇਆ, ਹੁਣ ਟੈਕਨੀਕਲੀ ਵੀ ਅਸੀਂ ਹੈਲਪ ਲਈ, ਜੋ ਬਾਅਦ 'ਚ ਸਾਹਮਣੇ ਆਇਆ ਕਿ ਵੱਖ ਵੱਖ ਬੰਦਿਆਂ ਤੋਂ ਪੁੱਛਗਿੱਛ ਕੀਤੀ ਅਤੇ ਪਤਾ ਲੱਗਾ ਕਿ ਹਾਂ ਵੀ ਇਹਦਾ ਕਈਆਂ ਬੰਦਿਆਂ ਦੇ ਨਾਲ ਆਪਸੀ ਰੰਜਿਸ਼ ਚੱਲ ਰਹੀ ਸੀ। ਜਦੋਂ ਉਹਨਾਂ ਨੂੰ ਅਸੀਂ ਖੰਗਾਲਣ ਦੀ ਸ਼ੁਰੂਆਤ ਕੀਤੀ ਅਤੇ ਉਹਦੇ ਵਿੱਚ ਹੀ ਸਾਨੂੰ ਕੁਛ ਇੱਦਾਂ ਦੇ ਕਲੂ ਮਿਲੇ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗਾ ਕਿ ਇਹਦੇ ਵਿੱਚ ਰਾਏਚੱਕ ਦਾ ਮੁੰਡਾ ਹੈਗਾ ਜੱਸੀ ਹੈਗਾ ਅਤੇ ਉਹਨਾਂ ਦਾ ਹੱਥ ਹੋ ਸਕਦਾ। ਸੋਰਸ ਡਿਵੈਲਪ ਕੀਤੇ, ਪਤਾ ਲੱਗਾ ਅਤੇ ਚੀਜ਼ ਸਾਹਮਣੇ ਆ ਗਈ ਕਿ ਹਾਂ ਵੀ ਜੱਸੀ ਅਤੇ ਉਹਦੇ ਭਰਾ ਹੈਗਾ ਬਿੰਦੂ ਆ ਨਾ, ਉਹਦਾ ਬ੍ਰਦਰ ਬਿੰਦੂ, ਇਹ ਦੋਨੇ ਭਰਾ ਨੇ ਵੀ ਰਾਏ ਆਪਣਾ ਉਹਦੇ ਪਿੰਡ ਹੈਗਾ ਆਪਣਾ ਰਾਏਚੱਕ ਪਿੰਡ ਰਾਏਚੱਕ ਦੇ ਨੇ, ਇਹਨਾਂ ਨੇ ਮਰਡਰ ਕੀਤਾ ਲਾਗਲਾਟ ਦੇ ਵਿੱਚ। ਅਸਲ ਦੇ ਵਿੱਚ ਇਹਨਾਂ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਇਹ 2009 ਤੋਂ ਹੀ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਹੋਰ ਬੰਦੇ ਵੀ ਵਿੱਚ ਇਨਵੋਲਵ ਹੋਏਗੇ ਆਪਸ ਦੇ ਵਿੱਚ, ਇਹਨਾਂ ਦੇ 3-4 ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਨੇ ਜਿਹੜੇ ਕਿ 1-2 ਦੇ ਵਿੱਚ ਰਾਜੀਨਾਮਾ ਹੋ ਗਿਆ, 1-2 ਕੋਰਟ ਦੇ ਵਿੱਚ ਪੈਂਡਿੰਗ ਨੇ। ਅਤੇ ਉਸੇ ਲੜੀ ਦੇ ਵਿੱਚ ਇਹਨਾਂ ਨੂੰ ਇਹ ਡਰ ਸੀਗਾ ਕਿ ਹਾਂ ਵੀ ਜੇ ਅਸੀਂ ਨਾ ਮਾਰਦੇ ਤਾਂ ਸਾਨੂੰ ਉਹਨੇ ਮਾਰ ਦੇਣਾ ਸੀ, ਅਤੇ ਇਹਨਾਂ ਨੇ ਵਿਉਂਤ ਬਣਾਈ। ਹਜੇ ਫਿਲਹਾਲ ਜਿਹੜੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਜੋ ਕੀਤੇ ਹੈ ਉਹ ਰਾਤ ਫੜੇ ਨੇ, ਅੱਜ ਕੋਰਟ 'ਚ ਪੇਸ਼ ਕੀਤੇ ਨੇ, ਸਾਨੂੰ 4 ਦਿਨ ਦਾ ਰਿਮਾਂਡ ਮਿਲਿਆ ਹੈ। ਹੁਣ ਫਰਦਰ ਅਸੀਂ ਇਹ ਦੇਖਾਂਗੇ ਕਿ ਹਾਂ ਵੀ ਇਹ 2 ਜਣੇ ਸੀਗੇ ਜਾਂ ਇਹਨਾਂ ਨਾਲ ਹੋਰ ਵੀ ਕੋਈ ਸਾਥੀ ਇਹਨਾਂ ਦੇ ਨਾਲ ਇਸ ਮਰਡਰ ਦੇ ਵਿੱਚ ਇਨਵੋਲਵ ਹੈਗੇ ਨੇ, ਕਿਉਂਕਿ ਹਜੇ ਅਸੀਂ ਇਹਨਾਂ ਨੇ ਜੇ ਕੋਈ ਵਹੀਕਲ ਜੇ ਕੋਈ ਇਹਨਾਂ ਨੇ ਵਰਤਿਆ ਹੋਵੇ ਉਹ ਵੀ ਦੇਖਣਾ ਕਿ ਹਾਂ ਵੀ ਇਹਨਾਂ ਨੇ ਕਿਹੜਾ ਵਹੀਕਲ ਲਿਆਂਦਾ, ਕਿਹੜਾ ਯੂਜ਼ ਕੀਤਾ, ਅਤੇ ਇਸ ਕਰਕੇ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ। ਅਤੇ ਜਿੱਦਾਂ ਇਨਵੈਸਟੀਗੇਸ਼ਨ ਸਾਨੂੰ ਕੋਈ ਨਵਾਂ ਤੱਥ ਸਾਹਮਣੇ ਆਊਗਾ ਅਸੀਂ ਡੈਫੀਨੇਟਲੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਦੁਨੀਆ 'ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।